भाई जी सत श्री अकाल जी। लो भाई जी अज फिर एक बार पहुंचे हाँ पिंड सनेर। आप भाई उरे आए थे एक थान के लागे हूटर लाने तो बई दे कोल आए हैं। बई उन्होंने बनवाए थे छले कबूतर के प्लास्टिक वाले लॉक रिंग। बई जी की हाल है जी? ठीक है भाई, बहुत बढ़िया जी। होर किदा कबूतर बाजी चली यार? कबूतर बाजी बहुत चंगी चली। अच्छा किनिया बाजिया बई छड़ दती फिर यार? ਬਾਈਆਂ ਬਈ ਰੋਜ਼ ਹੀ ਛੱਡੀ ਜਾਂਦੇ ਪਰ ਚੰਗੇ ਰਹੇ ਬਾਈ ਕੁੱਲ ਮਿਲਾ ਕੇ। ਹਲੇ ਤੱਕ ਛੱਡੀ ਜਾਂਦੇ ਤੇ? ਛੱਡੀ ਜਾਂਦੇ, ਅੱਜ ਵੀ ਗਏ ਸੀ ਬਈ ਬਾਈ ਤੇ ਅੱਜ ਮੀਂਹ ਆ ਗਿਆ। ਫਿਰ ਕੈਂਸਲ ਹੋ ਗਈ? ਫਿਰ ਕੈਂਸਲ ਹੋ ਗਈ। ਕਬੂਤਰ ਛੱਡਤੇ ਸੀ ਕਿ ਨਹੀਂ? ਨਹੀਂ ਕਬੂਤਰ ਰੋਕ ਲਏ ਸੀ। ਕਬੂਤਰ ਰੋਕ ਲਏ ਸੀ? ਹਾਂ ਠੀਕ ਆ ਠੀਕ ਆ। ਤੇ ਕਿੰਨੀਆਂ ਕੁ ਛੱਡਤੀਆਂ ਹੋਣਗੀਆਂ ਲਗਭਗ ਇਸ ਵਾਰ ਬਾਜੀਆਂ? ਯਾਰ ਬਾਈ ਕੋਈ ਗਿਣਤੀ ਨਹੀਂ। ਕੋਈ ਗਿਣਤੀ ਨਹੀਂ? ਕੋਈ ਗਿਣਤੀ। ਤੇ ਜਿੱਤੀਆਂ ਕਿੰਨੀਆਂ ਕਹਿ ਦੱਸੋ? ਜਿੱਤ ਵੀ ਚੰਗੀਆਂ ਗਏ ਬਾਈ। ਚੰਗੀਆਂ ਕਿੰਨੀਆਂ ਗਏ? ਹਰ ਵੀ ਗਏ ਮੰਨ ਲਾ ਬਾਜੀਆਂ। ਹਾਂ ਜਿੱਤ ਵੀ ਵਧੀਆ ਗਏ। ਕਿੰਨੀਆਂ ਕੀ ਜਿੱਤ ਲਈਆਂ ਕੁਛ ਦੱਸੋ ਨਾ, ਪਤਾ ਹੁੰਦਾ ਜਿਹੜੇ ਮਗਰਲੇ ਸੀਜ਼ਨ ਸੀਗੇ। ਹਾਂਜੀ ਜਿਵੇਂ ਮੰਨ ਲਾ 2021 ਨਾ ਕੇ ਗਿਆ, 20 ਨਾ ਕੇ ਗਿਆ। ਹਾਂਜੀ ਇੱਧਰ ਤਾਂ ਪੋਨਾ ਚ ਵੀ ਰਹੇ ਆ। ਹਾਂਜੀ ਪਰ ਅਰ ਕੀ ਕੋ ਚੰਗੇ ਹਿੱਸੇ ਲੈ ਗਿਆ। ਚੰਗੇ ਹਿੱਸੇ ਲੈ ਲੇ? ਹਾਂ ਕਿਤੇ ਕੱਲਾ ਵੀ ਰਿਹਾ ਕੋਈ? ਕੱਲੇ ਨਹੀਂ ਰਹੇ ਬਾਈ ਜੀ, ਕੱਲਾ ਰਹਿ ਗਈ ਮੇਰੇ ਪਿੰਡ। ਅੱਛਾ ਲੰਗੀਆਂ ਨੇ ਸਕਾਰਪੀਓ ਗੱਡੀ ਤੇ। ਹਾਂਜੀ ਉਦੋਂ 87 ਕਬੂਤਰ ਛੁੱਟੇ ਸੀਗੇ। ਠੀਕ ਹੈ ਜੀ। ਉਹ ਥੋੜੇ ਜਿਹੇ ਕਾਰਨ ਜੇ ਬਣ ਗਏ ਕੁਛ ਵਿੱਚ ਤੇ ਫਿਰ ਗੱਡੀ ਸਾਂਝੀ ਹੋ ਗਈ ਸੀਗੀ। ਠੀਕ ਹੈ ਜੀ। ਤੇ ਆਪਣੇ ਦੋ ਹਿੱਸੇ ਜਾਏ। ਸਹੀ ਹੈ ਜੀ, ਵਧੀਆ ਰੁਪਈਏ ਉੱਥੋਂ ਆਏ। ਤੇ ਹੋਰ ਕਿਹੜੀ ਵੱਡੀ ਬਾਜੀ ਤੇ ਆਪਣੇ ਕਬੂਤਰ ਜਿਹੜੇ ਆਪਣੇ ਇੱਥੇ ਗਵਾਂਢ ਝਤਰੇ ਬਾਜੀ ਸੀਗੀ? ਝਤਰੇ ਆ ਬਾਈ ਹਰਪ੍ਰੀਤ ਨੇ ਛੱਡੇ ਕਬੂਤਰ ਵਿੱਚ ਬਾਜੀ ਦੇ 100 ਕਬੂਤਰ ਉੱਡਿਆ ਸੀ। ਠੀਕ ਹੈ ਜੀ। ਉਦੋਂ ਬਾਈ 4 ਕਬੂਤਰਾਂ ਨੇ ਬਾਜੀ ਵੰਡੀ, 2 ਵਿੱਚ ਆਪਣੇ। ਠੀਕ ਆ ਠੀਕ। ਉਦੋਂ ਵੀ ਆਪਾਂ ਮੋਟੀ ਜਿੱਤੇ ਬਾਈ ਪੂਰੀ। ਸਹੀ ਆ, ਲੱਖ ਰੁਪਏ ਨੂੰ ਆਪਾਂ ਨੂੰ ਆਇਆ। ਸਹੀ ਆ ਸਹੀ ਆ ਜੀ। ਤੇ ਨਿੱਕੇ ਮੋਟੇ ਸਦਾ ਬਾਈ ਬਹੁਤ ਲੈ ਗਏ, 10-20 ਹਜ਼ਾਰ ਵਾਲੇ ਦਾ ਮੰਨ ਲਾ। ਸਹੀ ਆ। ਤਕਰੀਬਨ ਹਰ ਵੀ ਆਪਾਂ ਜਿੱਤਾਂ ਦੱਸੀਆਂ ਨੇ ਹਰਿੰਦਰ ਵੀ ਬਥੇਰੀਆਂ ਬਾਈ। ਸਹੀ ਆ ਸਹੀ ਆ ਜੀ। ਹਾਰ ਤਾਂ ਪਹਿਲਾਂ ਹੁੰਦੀ ਆ, ਜਿੱਤ ਬਾਅਦ ਚ। ਸਹੀ ਆ ਸਹੀ ਆ। ਹਾਂਜੀ ਇਹ ਬਾਜੀਆਂ ਮਈ ਮਹੀਨੇ ਦੀਆਂ ਲੋਹ ਵਾਲੀਆਂ ਸੀ ਪੂਰੀਆਂ। ਬਾਜੀਆਂ ਗਰਮੀ ਦੀਆਂ ਸੀਗੀਆਂ। ਸਹੀ ਆ। ਹਾਂ ਜੋਗੇ ਵਾਲੇ ਛੱਡਿਆ ਸੀ? ਜੋਗੇ ਛੱਡੇ ਉਦੋਂ ਹਰ ਗਏ ਸੀ। ਉਦਾਂ ਹਰ ਗਏ ਸੀ ਉਦੋਂ ਆਪਾਂ 4 ਕਬੂਤਰ ਛੱਡੇ, 4 ਦੇ 4 ਹੀ ਹਰ ਗਏ। ਸਹੀ ਆ ਸਹੀ ਆ ਜੀ। ਹਾਂਜੀ ਇੱਕ ਤੇ ਵਾਧਾ ਵੀ ਲਾਇਆ ਸੀ। ਠੀਕ ਆ। ਵਾਧੇ ਵਾਲਾ ਵੀ ਹਰ ਗਿਆ ਸੀ, ਛਿੰਦਰ ਖੱਡੇ ਦੇ ਨਾਲ ਛੱਟਿਆ ਸੀਗਾ। ਠੀਕ ਆ ਜੀ। ਇੱਕ ਸ਼ਿੰਗਾਰਾ ਸਰਪੁੱਚ ਤੋਂ ਉਹਨਾਂ ਨੇ ਇੱਕ ਮੇਰੇ ਨਾਲ ਛੱਟਿਆ। ਸਹੀ ਆ। ਯਾਨੀ ਕਿ ਆਪਣੇ ਕਬੂਤਰ ਸੀਗੇ। ਤੇ ਕਿੰਨੇ ਕੁ ਕਬੂਤਰ ਹੈਗੇ ਡਾਉਣ ਵਾਲੇ ਹੱਲੇ ਆਪਣੇ ਕੋਲ? ਕਬੂਤਰ ਹੈ ਤਾਂ ਬਾਈ ਹੁਣ ਹੈਗੇ ਤਾਂ ਹੈ, ਨਵੇਂ ਨਵੇਂ ਕੱਢਣ ਵਾਲੇ। ਨਵੇਂ ਕੱਢਣ ਵਾਲੇ ਆ? ਯਾਨੀ ਕਿ 5-7 ਕਬੂਤਰ ਹੈਗੇ ਦੂਸਰੇ ਦਸਰਾਂ ਵਾਲੇ। ਬਸ ਕੰਮ ਸੀਜ਼ਨ ਸਿਰੇ ਲੱਗ ਗਏ। ਲੱਗ ਗਿਆ ਸੀਜ਼ਨ ਸਿਰੇ? ਹਾਂ ਨਹੀਂ ਲਾ ਦਿਆਂਗੇ, ਯਾਨੀ ਕਿ ਇਹਨਾਂ ਗਾਂਹ ਭਤਮ ਤੱਕਰ ਬਾਜੀਆਂ। ਹਾਂਜੀ ਟਾਈਮ ਪਾਸ ਹੋ ਜੂਗਾ ਜੀ। ਸਹੀ ਆ। ਹਾਂ ਵਿੱਚ 1-2 ਕਬੂਤਰ ਬਣ ਗਏ ਤੇ ਮੋੜ ਮੋੜ ਕੇ ਛੱਡੀ ਜਾਵਾਂਗੇ ਉਹ। ਠੀਕ ਆ ਠੀਕ ਆ। ਹਾਂ ਢਾਂਗੀ ਤੇ ਰਾਵਣ ਆ ਜਾਂਦੇ ਆ। ਢਾਂਗੀ ਤੇ ਬਾਲਾਂ। ਸਹੀ ਆ ਸਹੀ ਆ। ਢਾਂਗੀ ਤਾਂ ਥੋੜੀ ਮਿਹਨਤ ਕਰਨੀ ਪੈਣੀ ਆ ਬਾਈ, ਛਤਰੀ ਛਤਰੀ ਲਾ ਕੇ ਡਾਵਾਂਗੇ। ਹੁਣ ਜਿਹੜੇ ਦੂਸਰਾਂ 'ਚ ਕਬੂਤਰ ਛੱਡਣੇ, ਇਹਨਾਂ ਦੀ ਕੋਈ ਖੁਰਾਕ ਖਰੂਕ ਚੇਂਜ ਕਰਦੇ ਕਿ ਜਾਂ ਉਹੀ ਚੱਲਦੀ ਨਹੀਂ? ਖੁਰਾਕ ਉਹੀ ਆ ਬਾਈ। ਖੁਰਾਕ ਉਹੀ ਚੱਲੀ ਜਾਣੀ ਆ। ਖੁਰਾਕ ਉਹੀ, ਬਦਾਮ ਤੋਂ ਥੋੜੇ ਵੱਧ ਕਰ ਦਿੰਦੇ ਆ ਹੁਣ, ਬੈਠਾਂ ਨੂੰ ਪਾਈ ਜਾਂਦੇ ਆ। ਸਹੀ ਆ। ਕਬੂਤਰ ਉੱਟੇ ਆ ਨਾ ਪਹਿਲਾਂ, ਮੰਨ ਲਾ ਸਟਾਰਟਿੰਗ ਦੇ ਵਿੱਚ। ਹਾਂਜੀ 3 ਜਿੱਤਣਗੇ ਦੂਸਰਾ ਆਪਾਂ। ਠੀਕ ਆ। ਉਹ 3 ਨੂੰ ਬਦਾਮ ਪਾਈ ਜਾਂਦਾ ਬੈਠਾ। ਠੀਕ ਆ ਠੀਕ ਆ। ਉਹਨਾਂ ਦੇ ਖੰਬਣੇ ਬੜੇ ਘੱਟ ਆ, ਜਦੋਂ ਚੜ ਗਏ ਖੰਬ ਮੰਨ ਲਾ 1/2 ਕਿਲੋ ਬਦਾਮ ਖਾ ਜਾਣਗੇ ਉਹ। ਤੇ ਪਾਣੀ ਦੀ, ਪਾਣੀ ਦੀ ਮਾਤਰਾ ਵੀ ਘੱਟ ਵੱਧ ਕਰਦੇ ਹੁੰਦੇ ਹੁਣ ਜਿੱਦਾਂ ਦਿਨ ਠੰਡੇ ਹੋ ਜਾਣੇ ਅੱਗੇ ਥੋੜੇ ਬਹੁਤੇ? ਨਹੀਂ ਪਾਣੀ ਉਨਾ ਹੀ ਦਿੰਦੇ ਆ। ਪਾਣੀ ਉਨਾ ਹੀ? ਹਾਂ ਠੀਕ ਆ ਠੀਕ ਆ। ਤੇ ਆਪਾਂ ਜਿਹੜੇ ਕਬੂਤਰਾਂ ਦੇ ਪੋਟਿਆਂ ਦੇ ਹਿਸਾਬ ਨਾਲ ਪਾਣੀ ਦਿੰਦੇ ਆ, ਘੱਟ ਵੱਧ ਵੀ ਪਾਣੀ ਦੇਈਦਾ ਕਿ ਜਾਂ ਸਾਰਿਆਂ ਨੂੰ ਇੱਕੋ ਜਿੰਨਾ ਦੇਈ ਜਾਂਦੇ? ਨਹੀਂ ਅਸੀਂ ਤਾਂ ਘਰੇ ਦਿੰਦੇ ਬਾਈ 30 ml। 30 ml ਤੇ ਬਾਹਰ? ਬਾਹਰ 7। ਕਬੂਤਰ ਦੇ ਪੋਟੇ ਦੇ ਹਿਸਾਬ ਨਾਲ ਘੱਟ ਵੱਧ ਵੀ ਕਰਦੇ ਕਿ ਜਾਂ ਸਾਰਿਆਂ ਨੂੰ ਛੱਡ ਕੇ? ਵੱਧ ਪੈਂਦਾ ਵੱਧ ਪਾ ਲਈਦਾ। ਵੱਧ ਪਾ ਲਈਦਾ, ਘੱਟੋ ਘੱਟ 60 ਦੇਣੇ ਦੇਣਾ। 60 ਤੇ ਨਹੀਂ ਦੇਣੇ? 60 ਤੇ ਦੇਣਾ ਹੀ ਆ ਆਪਣਾ। ਕਿਤੇ ਬਾਈ ਜੀ ਕਬੂਤਰ ਕੀ ਕਹਿਣਾ, ਕਿਤੇ ਉੱਲੇ ਤੇ ਬਹਿਗਾ ਨਹੀਂ ਮੇਰਾ, ਕਿਤੇ ਉੱਲੇ ਤੇ ਕਬੂਤਰ ਨਹੀਂ ਬੈਠਾ। ਬਾਈ ਉੱਲੇ ਤੇ ਬਹਿਣ ਦਾ ਕਾਰਨ ਕੀ ਹੁੰਦਾ ਕਬੂਤਰ ਦਾ? ਉੱਡੇ ਦੇ ਬਾਈ ਕੀ ਤਾਂ ਪਿੰਜਰੇ ਦਾ ਕਬੂਤਰਾ ਦਬਾਅ ਮੰਨ ਜਾਂਦੇ ਆ। ਅੱਛਾ ਕਈ ਹੁਣ ਆਪਾਂ ਵੇਖੋ ਵੇਖ, ਆਪਾਂ ਕਹਿੰਦੇ ਨੇ ਫਲਾਣੇ ਨੇ ਕਬੂਤਰ ਭਰਤਾ, ਫਲਾਣੇ ਨੇ ਭਰਤਾ। ਹਾਂਜੀ ਉਹ ਵੀ ਗੱਲ ਗਲਤ ਹੈ ਜੀ। ਵੇਖ ਕੇ ਕਬੂਤਰ ਨੂੰ ਭਰ ਕੇ ਛੱਡ ਦਿੰਦੇ, ਕਬੂਤਰ ਪਾਣੀ ਚੱਕ ਨਹੀਂ ਜਾਂਦਾ ਕਬੂਤਰ ਤੋਂ ਉੱਲੇ ਤੇ, ਉਹ ਬਹਿ ਜਾਂਦਾ। ਕਈ ਵਾਰ 50-60 ml ਦਿੱਤੇ ਤੇ ਵੀ ਉੱਲੇ ਤੇ ਬਹਿ ਜਾਂਦਾ, ਉਹਦਾ ਕੀ ਕਾਰਨ ਹੁੰਦਾ ਜੀ? ਉਹ ਦਬਾਅ ਮੰਨਦਾ ਜੀ ਪਿੰਜਰੇ ਦਾ, ਕਈ ਵਾਰੀ ਕਬੂਤਰ ਡਰ ਜਾਂਦਾ। ਅੱਛਾ ਡਰ ਕੇ ਕਬੂਤਰ ਬਹਿ ਜਾਂਦਾ। ਇੱਕ ਬੰਦੇ ਦੱਸਦੇ ਨੇ ਵੀ ਕਬੂਤਰ ਨੂੰ ਜਦੋਂ ਆਪਾਂ ਪਾਣੀ ਦੇ ਦਿੱਤਾ, ਜਦ ਤੱਕ ਉਹ ਬੈਠਣਾ ਮਾਰ ਜੇ ਉਨੀ ਦੇਰ ਤੱਕ ਨਹੀਂ ਛੱਡਣਾ ਚਾਹੀਦਾ। ਨਹੀਂ ਉਹਦਾ ਗੋਲ ਲੋਕੀ ਨੇ ਵਿੱਚ ਪੁੰਝੇ ਖਿੱਚੀ ਫਿਰਦੇ ਹੁੰਦੇ ਆ ਜੀ। ਹਾਂ ਅਸੀਂ ਨਹੀਂ ਕਰਦੇ ਜਾਂਦੇ, ਇੱਦਾਂ ਨਹੀਂ ਕੋਈ ਕਾਰਨ ਹੁੰਦਾ। ਜਦੋਂ ਜਾਵੜੇ ਬਾਈ ਤੇ ਜਾਣ ਸਾਰੀ ਕਬੂਤਰ ਲਿਖਾਉਣ, ਆਪਣਾ ਪਹਿਲਾਂ ਬਰੇ ਲਿਖਾ ਜਾਵੇ, ਆਪਣਾ ਦੂਜੇ ਦੇ ਆਪਣਾ ਵਿਚਾਲੇ ਲਿਖਾ ਦੇ। ਹਾਂ ਤੇ ਕਦੇ ਅਸੀਂ ਐਂ ਨਹੀਂ ਬੈਠੇ ਬੁੱਠ ਮਰਾਈ ਪੁੰਝਿਆ ਨਹੀਂ ਖਿੱਚਿਆ ਕਬੂਤਰ ਦਾ, ਪਰ ਜਦੋਂ ਉਹਨਾਂ ਨੇ ਕਿਹਾ ਵੀ ਲਿਓ ਲਿਓ ਕੱਢ ਕੇ ਪਾਣੀ ਪੋਟੇ ਵਾਲਾ ਤੇ ਨਵਾਂ ਪਾ ਕੇ ਛੱਡ ਦਿੰਦੇ। ਅਸੀਂ ਤਾਂ ਸਾਰੀਆਂ ਬਾਜੀਆਂ ਐਂ ਛੱਡਦੇ ਬਾਈ। ਕਈ ਵਾਰ ਨਾ ਜਿੱਦਾਂ ਕਬੂਤਰ ਨਾ ਇਕੱਠਾ ਜਿਹਾ ਹੋ ਜਾਂਦਾ, ਜਿੱਦਾਂ ਉਹਦੇ ਢਿੱਡ 'ਚ ਗੈਸ ਨਹੀਂ ਪੋਟੇ 'ਚ ਭਰੋਈ ਹੁੰਦੀ, ਹਵਾ ਜੀ ਭਰੋਈ ਦੀ ਹੁੰਦੀ ਆ, ਐਂ ਕਬੂਤਰ ਬਹਿ ਹੁੰਦਾ ਹੋਇਆ ਓਲੇ ਵਾਲਾ, ਉਹਦਾ ਕਾਰਨ ਬਹਿੰਦਾ ਬਹਿਣ ਦਾ ਬਣਦਾ। ਉਹ ਕਿਉਂ ਇੱਦਾਂ ਹੋਇਆ ਹੁੰਦਾ? ਉਹ ਠੰਡੇ ਪਾਣੀ ਨਾਲ ਬਣਦਾ, ਉਹ ਵੱਧ ਠੰਡਾ ਲੱਗ ਗਿਆ ਹੁੰਦਾ, ਠੰਡਾ ਪਾਣੀ ਲਾ ਦਿੰਦਾ। ਮੇਨ ਗੱਲ ਆ ਗਈ ਫਿਰ ਘੁੰਮ
ਮੈਨੂੰ ਐਂ ਲੱਗਦਾ ਸੀ ਵੀ ਮੈਂ ਦੋ ਵਾਰ ਪਾਣੀ ਲਾ ਤਾ ਸ਼ਾਇਦ ਇਹ ਤਾਂ ਕਰਕੇ ਅੰਦਰ ਇਹਦਾ ਪੇਟ ਬੈਬਾਦੀ ਹੋ ਗਈ ਇਹਨੂੰ ਗਾਇਆ ਬਣ ਗਿਆ ਕਬੂਤਰ ਐਂ ਜੀ ਹਾਂ ਕੋਕੋ ਗਾਇਆ ਪਾਣੀ ਨਹੀਂ ਬਣਦਾ ਜੀ ਇੱਕ ਜਦੋਂ ਪਹਿਲਾਂ ਇਹ ਦੋ ਵਾਰੀ ਤੋਂ ਲਾਦਾ ਪਾਣੀ ਹਾਂ ਉਹ ਤੀਜੀ ਵਾਰੀ ਤੋਂ ਪਾਣੀ ਠੰਡਾ ਦੇ ਕੇ ਠੰਡਾ ਬਾਹਲਾ ਲੈ ਗਿਆ ਘਰੋਂ ਪਾ ਕੇ ਹਾਂ ਕਈ ਬੰਦਿਆਂ ਦੀ ਆਦਤ ਤਾਂ ਬਰਫ਼ ਤੇ ਘਿਸਾ ਕੇ ਪਾਣੀ ਦਿੰਦੇ ਆ ਸਹੀ ਆ ਉਹਦੇ ਨਾਲ ਕਬੂਤਰ ਨੁਕਸਾਨ ਹੋ ਜਾਂਦਾ ਉਹਦੇ ਨਾਲ ਕਬੂਤਰ ਉੱਡਦੇ ਬਹਿਣ ਦਾ ਡਰ ਹੋ ਜਾਂਦਾ ਠੀਕ ਆ ਠੀਕ ਆ ਹਾਂ ਜਿਹੜਾ ਮੂਰੂ ਪੋਟਾ ਜਿਹਾ ਕੱਢ ਜਾਂਦਾ ਨਾ ਬਾਹਰ ਨੂੰ ਐਂ ਜੇ ਬਣ ਜਾਂਦਾ ਹਾਂਜੀ ਉਹ ਤਕਰੀਬਨ ਕਬੂਤਰ ਬਹਿ ਵੀ ਜਾਂਦਾ ਜੇ ਚੱਲ ਪਏ ਫਿਰ ਉੱਡਦਾ ਹੀ ਵੱਧਦਾ ਸਹੀ ਆ ਜੀ ਆਹ ਕਾਰਨ ਹੁੰਦਾ ਜੀ ਬਾਈ ਦੇਖੋ ਬੜੀਆਂ ਵਧੀਆ ਗੱਲਾਂ ਬਾਈ ਹੁਣੀ ਦੱਸਣ ਦੇ ਆ ਕਿਉਂਕਿ ਆਪਣੇ ਨਾਲ ਜਿਹੜੀਆਂ ਬੀਤਦੀਆਂ ਨਾ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਆਏ ਹਾਂ ਤਾਂ ਮੈਂ ਕਿਹਾ ਉਸਤਾਦ ਹੁਣੀ ਖੁੱਲ੍ਹ ਕੇ ਦੱਸ ਦਿੱਤੇ ਆਪਾਂ ਹੋਰ ਕੁਛ ਪੁੱਛ ਲੈਂਦੇ ਹਾਂ ਨਾਲ ਠੀਕ ਆ ਨਾ ਅਤੇ ਆਪਾਂ ਬਾਕੀ ਗੱਲਾਂ ਤਾਂ ਸਾਰੀਆਂ ਬਾਈ ਹੁਣਾਂ ਤੋਂ ਪੁੱਛ ਲਏ ਸੀ ਹੁਣ ਓਲੇ 'ਤੇ ਜਿਹੜਾ ਵਹਿਣ ਦਾ ਵੱਡਾ ਕਾਰਨ ਇਹੀ ਹੁੰਦਾ ਵੀ ਕਬੂਤਰਾਂ ਨੂੰ ਜਿਹੜਾ ਰਾਤ ਨੂੰ ਆਪਾਂ ਪਾਣੀ ਜਿਹੜਾ ਲਾਉਂਦੇ ਬੈਬਾਦੀ ਉਹਦੇ ਅੰਦਰ ਹੋ ਜਾਂਦੀ ਆ ਉਹਦੇ ਕਰਕੇ ਜਿਹੜਾ ਹੈਗਾ ਜ਼ਿਆਦਾ ਕਾਰਨ ਜਿਹੜਾ ਕਬੂਤਰ ਦਾ ਓਲੇ 'ਤੇ ਬਹਿਣ ਦਾ ਕਾਰਨ ਹੁੰਦਾ ਆ ਅਤੇ ਬਾਈ ਫਿਰ ਉਹਨੂੰ ਕੋਈ ਹੱਲ ਹੁੰਦਾ ਉਹਨੂੰ ਠੀਕ ਕਰਨ ਦਾ ਯਾਰ ਕੋਈ ਹੱਲ ਨਹੀਂ ਬਾਈ ਪਾਣੀ ਹਿਸਾਬ ਨਾਲ ਦੇ ਦੇ ਬਸ ਫਿਰ ਹਿਸਾਬ ਨਾਲ ਪਲਟਾ ਕੇ ਛੱਡ ਕੇ ਰਿਲੈਕਸ ਕਰਕੇ ਫਿਰ ਛੱਡੇ ਬੰਦੇ ਉਹ ਮਤਲਬ ਡੱਗ ਪੈਂਦਾ ਕਬੂਤਰ ਓਲੇ 'ਤੇ ਹਾਂਜੀ ਕਈ ਤਾਂ ਉਹੀ ਛੱਡਣ ਨੂੰ ਫਿਰਦੇ ਹੁੰਦੇ ਆ ਪਾਣੀ ਭਰ ਕੇ ਹਾਂਜੀ ਜਿਹੜਾ ਘਟਾ ਕੇ ਛੱਡਦੇ ਕਬੂਤਰ ਉੱਡ ਵੀ ਜਾਂਦਾ ਅਤੇ ਉੱਡਦਾ ਹੀ ਬਾਈ ਤਾਂ ਵੱਧ ਹੁੰਦਾ ਉਹ ਸਹੀ ਆ ਇਹੀ ਕਾਰਨ ਆ ਕਈ ਵਾਰੀ ਮਤਲਬ ਜਿਹੜਾ ਕਬੂਤਰ ਕਈ ਵਾਰੀ ਦਵਾਈ ਬਾਹਲਾ ਮੰਨ ਜਾਂਦਾ ਤਾਂ ਉੱਡਦਾ ਹੀ ਨਹੀਂ ਉੱਡਦਾ ਹੀ ਨਹੀਂ ਜੇ ਚੱਲ ਪਿਆ ਤਾਂ ਫਿਰ ਨਜ਼ਾਰੇ ਬੰਦ ਕੀ ਤੁਹਾਨੂੰ ਦੱਸਦਾ ਸਾਡੇ ਬਾਈ ਸੀਗੀ ਸਿੰਘਪੁਰੇ ਵੱਲੋਂ ਠੀਕ ਹੈ ਗੁਰਪੀ ਸਿੰਘ ਦਾ ਕਬੂਤਰ ਚੰਨ ਵਾਰੀ ਡਿੱਗ ਅੱਛਾ ਉੱਤੋਂ ਸੱਟ ਵੱਜੀ ਕਬੂਤਰ ਦੇ ਥੱਲੇ ਡਿੱਗ ਕਰ ਪਈ ਜਦੋਂ ਅੱਛਾ ਉਹ ਮੈਨੂੰ ਕਹਿੰਦਾ ਕਬੂਤਰ ਕੱਟ ਦੇ ਮੇਰਾ ਕਹਿੰਦਾ ਇਹਨੇ ਉੱਡਣਾ ਨਹੀਂ ਉਹਨੂੰ ਮੈਂ ਗੁਰਪੀ ਤੂੰ ਦੇ ਤੈਨੇ ਦੇ ਓਲੇ ਵੀ ਕਬੂਤਰ ਦੀ ਇੱਟੀ ਤਾਂ ਮੈਂ ਤੇਰੇ ਦੀ ਵਾਪਸ ਨਹੀਂ ਕਰਨੀ ਗੀ ਵੀ ਤੂੰ ਹੁਣ ਉੱਡਿਆ ਫਿਰਦਾ ਉੱਡਿਆ ਰਹਿਣ ਦੇ ਕੁਛ ਨਹੀਂ ਹੁੰਦਾ ਕਬੂਤਰ ਤੇਰਾ ਸਹੀ ਆ ਬਈ ਉਹਨੇ ਸਾਰੀ ਬਾਈ ਜਿੱਤ ਲਈ ਕਬੂਤਰ ਨੇ ਟਰੈਕਟਰ ਉਹਨੇ ਜਿੱਤਿਆ ਸੀ ਟਰੈਕਟਰ ਨਹੀਂ ਸੀਗੀ ਜੀ ਗੱਡੀ ਸੀ ਗੱਡੀ ਮੈਂ ਦੇਣੀ ਸੀ ਇਕੱਲੇ ਕਬੂਤਰ ਨੂੰ ਅੱਛਾ ਯਾਨੀ ਕਿ ਤਿੰਨ ਕਬੂਤਰ ਟਾਈਮ ਕਰਕੇ ਸੱਤ ਦਾ ਉਹਦੇ ਕਬੂਤਰਾਂ ਵਿੱਚ ਟਾਈਮ ਕੀਤਾ ਬਹੁਤ ਸੋਹਣਾ ਕਬੂਤਰ ਠੀਕ ਆ ਠੀਕ ਸਵੇਰੇ ਮੈਨੂੰ ਉਹ ਕਹਿੰਦੇ ਮੇਰਾ ਕੱਟ ਦੇ ਮੇਰਾ ਉੱਡਣਾ ਨਹੀਂ ਸਹੀ ਆ ਤੇ ਪਾਣੀ ਲਈ ਨਾ ਸੋਹਣਾ ਸੀਗਾ ਸਹੀ ਆ ਉਹਨਾਂ ਨੇ ਪਾਣੀ ਨਾ ਭਰ ਕੇ ਛੱਡਤਾ ਸਪੈਦਾ ਕੰਨਾਂ 'ਚ ਥੱਲੇ ਡਿੱਗ ਪਏ ਹਿੱਕ ਥੱਲੇ ਵੱਜੀ ਕਬੂਤਰ ਦੀ ਸਹੀ ਆ ਕਬੂਤਰ ਸੱਟ ਵੱਜ ਗਈ ਕੱਟ ਦੇ ਮੈਂ ਕਿਹਾ ਨਹੀਂ ਕੱਟਣਾ ਯਾਰ ਚੱਲਾਂ ਦੇ ਮੈਂ ਕਿਹਾ ਐਂਟਰੀ ਤੇਰੀ ਮੁੜਨੀ ਨਹੀਂ ਉੱਡਿਆ ਖੜਨ ਦੇ ਕਬੂਤਰ ਨੇ ਬਾਈ ਜਿੱਤ ਲਈ ਬਾਈ ਉਹਨੇ ਸਹੀ ਆ ਸਹੀ ਆ ਆਹ ਚੀਜ਼ ਆ ਵਧੀਆ ਕਹਿਣ ਨਾਲ ਨਜ਼ਾਰੇ ਬਾਈ ਬਾਕੀ ਗੱਲ ਪਤਾ ਕੀ ਆ ਬਾਈਆਂ ਸ਼ਰਤ ਸਾਰੇ ਬੰਦੇ ਛੱਡਦੇ ਆ ਮੈਂ ਵੀ ਛੱਡਦਾ ਹੋਰ ਵੀ ਭਰਾ ਬਾਈਆਂ ਛੱਡਦੇ ਆ ਹਾਂਜੀ ਜਿੱਦੇ ਬਾਈ ਕਰਮ ਜੀ ਰੁਪਈਏ ਆਪਾਂ ਨੂੰ ਉਦੋਂ ਹੀ ਮਿਲ ਜਾਣੇ ਮਿਲ ਹੀ ਜਾਣੇ ਉਦੋਂ ਕਿਸੇ ਨੇ ਰੋਕਣਾ ਨਹੀਂ ਗਾ ਪਰ ਬੰਦਾ ਕਿਸੇ ਨੂੰ ਕੁਛ ਨਹੀਂ ਕਰ ਸਕਦਾ ਜੀ ਪਰਮਾਤਮਾ ਨਾਲ ਸਾਥ ਦੇਵੇ ਬੰਦਾ ਮਿਹਨਤ ਕਰੇ ਮਿਹਨਤ ਜ਼ਰੂਰੀ ਆ ਮਿਹਨਤ ਨਾਲ ਫਲ ਮਿਲਦਾ ਜੀ ਮਿਹਨਤ ਕਰਨ ਵਾਲੇ ਬੰਦੇ ਦਾ ਟਾਈਮ ਜ਼ਰੂਰ ਆਉਂਦਾ ਬਾਈ ਹਾਂਜੀ ਹਾਂਜੀ ਟਾਈਮ ਹਰ ਕਿਸੇ ਦਾ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਈ ਕਬੂਤਰਾਂ ਦੇ ਰਹਿੰਦੇ ਹਾਂ ਮਿਹਨਤ ਕਰਦੇ ਹਾਂ ਹਾਂਜੀ ਅਤੇ ਬਾਈਆਂ ਜਿੱਤ ਗਏ ਵਧੀਆ 3-4 ਲੱਖ ਰੁਪਏ ਜਿੱਤ ਲੈ ਰੱਖੀ ਅਸੀਂ ਠੀਕ ਹੈ ਜੀ ਵਧੀਆ ਬਾਈ ਨਹੀਂ ਜਿੱਤ ਲਈਆਂ ਜਿਹਨੇ ਕਿ ਪੂਰੀਆਂ ਵਧੀਆ ਰਹੇ ਸਹੀ ਹੈ ਸਹੀ ਹਲੇ ਵੀ ਬਾਈਆਂ ਪੰਗਾ ਮੰਨ ਲਾ ਅੱਥੋਂ ਤੱਕ ਛੱਡਾਂਗੇ ਅਤੇ ਜਿੱਤ ਲਾਂਗੇ ਮਹਾਰਾਜ ਦੀ ਕਿਰਪਾ ਬਾਈਆਂ ਹੋਰ ਹਿੱਸੇ ਲੈ ਲਾਂਗੇ 5-7 ਲੱਖ 1.5 ਲੱਖ ਰੁਪਇਆ ਕਬੂਤਰ ਵੀ ਖਾ ਜਾਂਦੇ ਹੋਣੇ ਆ ਖਾ ਜਾਂਦੇ ਬਾਈ ਹੁਣ ਆਪਾਂ ਗਹਿੰਦੇ ਹੀ ਨਹੀਂ ਨਾ ਗੱਡੀ ਦਾ ਖਰਚਾ ਗਹਿੰਦੇ ਆ ਨਾ ਬਦਾਮਾਂ ਦਾ ਗਹਿੰਦੇ ਕਿਹੜਾ ਗੱਟਾ ਲਿਆਂਦਾ ਸਹੀ ਹੈ ਅਤੇ ਖਵਾਈ ਜਾਂਦੇ ਆ ਬਈ ਆਹ ਨਾ ਮੈਂ ਇੱਕ ਚੀਜ਼ ਦੇਖੀ ਆ ਜਿਹੜੇ ਬਦਾਮ ਆਪਾਂ ਲੈ ਕੇ ਆਉਂਦੇ ਨਾ ਕਹਿੰਦੇ ਜੀ ਬਹੁਤ ਵਧੀਆ ਆਹ ਜਿਹੜੇ ਹੈਗੇ ਆ ਜੀ ਸਿਲੜਾਂ ਵਾਲੇ ਬਦਾਮ ਲੈ ਕੇ ਆਓ ਮੈਂ ਬਦਾਮ ਵਿੱਚੋਂ ਬਹੁਤ ਦੇਖ ਕੇ ਮੈਂ ਕਹਿੰਦਾ ਸਾਰਿਆਂ ਨੂੰ ਘਟੀਆ ਬਦਾਮ ਉਹਨਾਂ 'ਚ ਹੁੰਦੇ ਆ ਸਿਲੜਾਂ ਵਾਲਿਆਂ ਦੇ ਵਿੱਚ ਕਿਤੇ ਧਿਆਨ ਨਾਲ ਦੇਖਿਓ ਬਦਾਮ ਉਹ ਸਹੀ ਹੁੰਦਾ ਜਿਹੜਾ ਪੂਰਾ ਗੋਲ ਹੋਵੇ ਇਹ ਜਿਹੜੇ ਸਿਲੜਾਂ 'ਚੋਂ ਬਦਾਮ ਨਿਕਲਦੇ ਸੁੱਕੇ ਦੇ ਝੁਰੜੀਆਂ ਪਈਆਂ ਹੁੰਦੀਆਂ ਨਾ ਬਦਾਮਾਂ ਨੂੰ ਠੀਕ ਆ ਪਰ ਬਾਈ ਜਿਹੜੇ ਗੋਲ ਬਦਾਮ ਹੋਣ ਨਾ ਪੂਰੇ ਐਨ ਗੋਲ ਹੋਣ ਉਹ ਜਿਹੜਾ ਪਹਿਲੇ ਝੁਲਸਿਆ ਪਿਆ ਸੁਕੜਿਆ ਪਿਆ ਆ ਬਦਾਮ ਉਹਦੇ 'ਚ ਬਾਈ ਤੇਲ ਤਾਕਤ ਕਿੱਥੋਂ ਆਜੂਗੀ ਸਹੀ ਗੱਲ ਜਿਹੜਾ ਬਦਾਮ ਪੂਰਾ ਗੋਲ ਹੋਵੇ ਐਨ ਵਧੀਆ ਗਿਰੀ ਹੋਏ ਫੁੱਲੀ ਦੀ ਹੋਵੇ ਪਤਾ ਲੱਗੇ ਵੀ ਗਿਰੀ ਹੈਗੀ ਆ ਬਾਈ ਉਹ ਗਿਰੀ ਵਧੀਆ ਹੁੰਦੀ ਆ ਜੇਕਰ ਪਾਉਣੀਆਂ ਆਹ ਬਦਾਮਾਂ ਦੇ ਵਿੱਚੋਂ ਇੰਨੀਆਂ ਸੁੱਕੀਆਂ ਗਿਰੀਆਂ ਨਿਕਲਦੀਆਂ ਜਿਹਨਾਂ 'ਚ ਜਾਨ ਵੀ ਨਹੀਂ ਹੁੰਦੀ ਨਹੀਂ ਜੀ ਇਹ ਬਦਾਮ ਬੜੇ ਵਧੀਆ ਸਸਤੇ ਦੇ ਚੱਕਰ ਦੇ ਵਿੱਚ ਉਹ ਪਾਉਂਦੇ ਹਾਂ ਆਪਾਂ ਨਹੀਂ ਬਦਾਮ ਜਿਹੜੀ ਗਿਰੀ ਆ ਨਾ ਅਸਲ ਜੇਕਰ ਬਦਾਮ ਵੀ ਲੈਣੇ ਉਹ 'ਚੋਂ ਗਿਰੀ ਪੂਰੀ ਗੋਲ ਨਿਕਲਣੀ ਚਾਹੀਦੀ ਵਧੀਆ ਬਦਾਮ ਹੋਣੇ ਚਾਹੀਦੇ 100 ਰੁਪਇਆ ਵੱਧ ਖਰਚ ਲਓ ਕਿਲੋ ਪਿੱਛੇ ਅਤੇ ਚੀਜ਼ ਚੰਗੀ ਪਾਓ ਸਹੀ ਗੱਲ ਇਹ ਗੱਲ ਆਪਾਂ ਦੇਖ ਲਈ ਆ ਜੀ ਵਾਲੇ ਬੰਦੇ ਤੁਹਾਡੀ ਗੱਲ ਸਹੀ ਆ ਬਦਾਮਾਂ ਪਿੱਛੇ ਹਰ ਜਾ ਇਹੀ ਤਾਂ ਆਵੇ ਇਹ ਪਾਉਣੇ ਆ ਜਿਵੇਂ ਤੁਹਾਨੂੰ ਮੈਂ ਵਡਿਆਈ ਮਰੀ ਆ ਹਾਂ ਗੱਟੇ ਵਾਲੇ ਬਦਾਮ ਲੈਣ ਟੁੱਟ ਬਾਈ ਫਿਰ ਤੁਸੀਂ ਇੱਕ ਤਜਰਬਾ ਕਰ ਲਿਓ ਸਨੋਰਾ ਗਿਰੀ ਆ ਨਾ 900 ਰੁਪਏ ਕਿਲੋ ਆਉਂਦੀ ਆ ਇਕੱਲੀ ਗਿਰੀ ਹਾਂਜੀ ਪਾ ਕੇ ਦੇਖ ਲਿਓ ਜਿੱਥੇ ਉਹ ਜਿਹੜੀਆਂ ਤੁਸੀਂ 10 ਪਾਉਣੀਆਂ ਨਾ ਉਹ 4 ਪਾ ਦਿਓ ਬਰਾਬਰ ਦਾ ਕੰਮ ਕਰਨਗੀਆਂ ਜੀ ਇੰਨੀ ਤਗੜੀ ਗਿਰੀ ਆ ਉੱਥੋਂ ਤੇਲ ਨਹੀਂ ਕੱਢਿਆ ਹੁੰਦਾ ਤੇਲ ਜਮਾ ਹੀ ਨਹੀਂ ਸਨੋਰਾ ਗਿਰੀ 900 ਰੁਪਏ ਕਿਲੋ ਆਣੀ ਆ 900 ਸਾਢੇ 900 ਰੁਪਏ ਉਹ ਤਾਂ ਫਿਰ ਰੇਟ ਵੀ ਜ਼ਿਆਦਾ ਗਿਰੀ ਵੀ ਚੰਗੀ ਆ ਗਿਰੀ ਪੂਰੀ ਵਧੀਆ ਆ ਪੋਟੇ ਜਿੱਡੀ ਲੰਬੀ ਗਿਰੀ ਆ ਜੀ ਪੈਣੀ ਵੀ ਥੋੜੀ ਆ ਪੈਣੀ ਵੀ ਥੋੜੀ ਉਹੀ ਤੁਹਾਨੂੰ ਦੱਸਿਆ
ਨਾਲੇ ਪਿਉਣੀਆਂ ਸੌਖੀਆਂ ਨਾਲੇ ਤੋੜਨ ਦਾ ਨਹੀਂ ਕੋਈ ਚੱਕਰ ਕੰਡੀ ਕਢਾਈ ਲਿਆਓ ਬਸ ਗਿਣ ਕੇ ਪਾ ਲਓ ਸਹੀ ਗੱਲ ਠੀਕ ਹੈ ਜੀ ਕੱਟਣ ਲੱਗੇ ਵੀ ਇਹ ਨਹੀਂ ਯਾਰ ਕਬੂਤਰ ਨੂੰ ਨਿੱਕੀ ਵੱਡੀ ਇੱਕੋ ਜਿਹੀਆਂ ਸਾਰੀਆਂ ਉਹ ਗਿਰੀਆਂ ਜੀ ਉਹਦੀ ਵਰਤਕ ਵੀ ਸਹੀ ਹੋਊ ਬਸ ਸਭ ਕੁਝ ਵਧੀਆ ਉਹਦੇ ਵਿੱਚ ਜੀ ਫਰਕ ਕੋਈ ਦੇ ਨਹੀਂ ਹੁੰਦੇ ਵਰਤਕ ਸਹੀ ਹੈ ਜੀ ਹਾਂਜੀ 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 ਤੇ ਬਾਕੀ ਜੋੜੀਆਂ ਲਾਤੀਆਂ ਬਾਈ ਜੋੜੀਆਂ ਲਾਈ ਜਾਂਦੇ ਛੱਡੀ ਜਾਂਦੇ ਬਾਈ ਕਿੰਨੀਆਂ ਕੁ ਲਾਤੀਆਂ ਜੋੜੀਆਂ ਜੋੜੀਆਂ 8-10 ਤਾਂ ਛੱਡੀਆਂ ਹੋਣਗੇ ਲਾ ਕੇ खुरा खरू के कली कणक छोले छूले नहीं पाते हूं शुरू करा सरों थ्रो कि पावे ठीक है जी कणक तीन चीजा हो गई पक्या इन्हों सही है ਹੁਣ ਜਿਹੜੀ ਇਹਨਾਂ ਨੂੰ ਡੀਵਾਰਮਿੰਗ ਕੀੜਿਆਂ ਦੀ ਗੋਲੀ ਜਿਹੜੀ ਦਵਾਈ ਆ ਹੁਣ ਕਦੋਂ ਲਾਉਣੀ ਦੁਬਾਰਾ ਹੁਣ ਨਹੀਂ ਲਾਉਂਦੇ ਖੇਤੀ ਹੁਣ ਬੱਚਿਆਂ ਤੋਂ ਬਾਅਦ ਹੁਣ ਬੱਚਿਆਂ ਤੋਂ ਬਾਅਦ ਲਾ ਤੇ ਜੋੜੇ ਕਿਹੜੇ ਮਹੀਨੇ ਤੋੜਾਂਗੇ ਆਪਾਂ ਅਸੀਂ ਬਾਈ ਯਾਰ ਅੱਗੇ ਤਾਂ ਸਾਰਾ ਸਾਲ ਸਾਡੇ ਕੱਢੀ ਜਾਂਦੇ ਆ ਸਹੀ ਆ ਪਰ ਯਾਰ ਕੀ ਤੋੜਦੇ ਨੇ ਤੋੜਦੇ ਨੇ ਸਿਆਲਾਂ 'ਚ ਬੱਚੇ ਬਹੁਤ ਮਰਦੇ ਆ ਬੱਚੇ ਮਰਦੇ ਨਾਲੇ ਬਾਈ ਤੱਤਾ ਪਾਣੀ ਪਾਉਣਾ ਪੈਂਦਾ ਹਾਂ ਆਪਦਾ ਮੋਜ ਨਾਲ ਰਵਾਂਗੇ ਟੋਰਨਾ ਜਿਹੜੇ ਕਢਾ ਕੇ ਬੱਚੇ ਨੂੰ ਤਾਂ ਡਾਵਾਂਗੇ ਹੁਣ ਵੱਧ ਉੱਡਣਗੇ ਚੰਗੇ ਹਾਂਜੀ ਤੇ 2 ਮਹੀਨੇ ਕਢਾ ਲਾਂਗੇ ਸਹੀ ਆ ਸਹੀ ਆ ਜੀ ਭਾਦੋ ਤੱਕਰ ਕਢਾ ਕੇ ਮੁੜ ਕੇ ਬੰਦ ਕਰ ਦੇਵਾਂਗੇ ਸਹੀ ਆ ਤੇ ਕਢਾਉਂਦੇ ਨਹੀਂ ਕਿਸੇ ਦੇ ਬੱਚੇ ਬਿਲਕੁਲ ਬਿਲਕੁਲ ਜੀ ਜੋੜੀਆਂ 50 ਲਾ ਦੇਵਾਂਗੇ ਹਾਂਜੀ ਹਾਂਜੀ ਤੇ ਬੱਚੇ ਤੁਹਾਨੂੰ ਪਤਾ ਹੀ ਆ ਫਿਰ 100 ਕੱਢੇ ਜਾਣ ਬਿਲਕੁਲ ਬਿਲਕੁਲ ਇੱਕੇ ਪੂਰ 'ਚ ਬਣਗੇ ਹਲ ਗਏ ਸਾਰੇ ਬੱਚੇ ਉਹ ਵਧੀਆ ਉਹ 'ਚ ਫਾਇਦਾ ਆ ਇੱਕੋ ਪੂਰ 'ਚ ਗਿਝਾਉਣ ਦਾ ਜਿਹੜਾ ਬਾਰ ਬਾਰ ਜਿਹੜੇ ਨਾ ਗਿਝਾਣੇ ਉਹ ਔਖਾ ਲੱਗਦਾ ਟਾਈਮ ਬਹੁਤ ਲੱਗਦਾ ਹਾਂ ਹਾਂ ਇੱਕ ਥੋੜਾ ਜਿਹਾ ਹੀ ਤਾਂ ਬੀਜੀਆਂ ਬਾਜੀਆਂ ਤੇ ਸਾਡਾ ਇਹ ਪ੍ਰੋਗਰਾਮ ਚੱਲੀ ਜਾਂਦਾ ਚੱਲੀ ਜਾਂਦਾ ਤੁਹਾਡਾ ਲੰਬਾ ਕੰਮ ਆ ਤੁਹਾਡਾ ਕੰਮ ਹੀ ਸੀਜਨ ਹੀ ਤੁਹਾਡਾ ਸਾਰਾ ਇਹਦੇ 'ਚ ਹੀ ਜਾਂਦਾ ਕਬੂਤਰਾਂ 'ਚ ਇਹਦੇ ਹੀ ਜਾਂਦਾ ਸਹੀ ਹੈ ਸਹੀ ਹੈ ਜੀ ਛੱਡਾਂਗੇ ਯਾਨੀ ਕਿ ਭਾਦੋ ਤੱਕਰ ਸੁਦਕ ਛੱਡਾਂਗੇ ਲਓ ਜੀ ਬਾਈ ਦੇ ਕਬੂਤਰਾਂ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਈਏ ਜਿਹੜੀਆਂ ਬਾਈ ਨੇ ਜੋੜੀਆਂ ਲਾਈਆਂ ਇਹ ਦਿਖਾਉਂਦੇ ਹਾਂ ਪਿੰਜਰਿਆਂ ਦੇ ਵਿੱਚ ਬੰਦ ਹੈ ਜੀ ਆਹ ਲਓ ਜੀ ਕਰੋ ਸ਼ੌਂਕ ਇਹ ਜੋੜੀ ਆ ਸ਼ਾਹ ਅੱਖਿਆਂ ਦੀ ਛੱਡੀ ਆ ਇਹ ਜੋੜੀ ਕਿਹੜੀ ਜੋੜੀ ਆ ਜੀ ਇਹਦੇ ਬਾਰੇ ਦੱਸਿਓ ਮਾੜਾ ਜਿਹਾ ਠੀਕ ਆ ਜੀ ਤੇ ਛੱਡੇ ਨੇ ਬਾਜੀ ਠੀਕ ਆ ਦੋਵੇਂ ਜਿੱਤੇ ਤਿੰਨੇ ਜਿੱਤੇ ਐ ਜੀ ਕਬੂਤਰੀ ਨੇ 3 ਬਾਜੀਆਂ ਜਿੱਤੀਆਂ ਤੇ ਕਬੂਤਰ ਨੇ 2 ਬਾਜੀਆਂ ਜਿੱਤੀਆਂ ਨੇ ਸ਼ਾਹ ਅੱਖੀ ਬਰੀਡ ਆ ਜੀ ਪੂਰੀ ਵਧੀਆ ਨਜ਼ਾਰਾ ਬੰਨਿਆ ਇਹਨਾਂ ਕਬੂਤਰਾਂ ਨੇ ਕਬੂਤਰੀ ਸਹੀ ਹੈ ਜੀ ਤੇ ਕਬੂਤਰ ਜਿੱਤਿਆ ਛੱਡਿਆ 3 ਬਾਈਆਂ 2 ਜਿੱਤ ਗਈ ਇੱਕ ਹਾਰ ਗਈ ਚੋਟਗੇ ਹਾਰ ਗਈ ਠੀਕ ਹੈ ਜੀ ਰੁੰਮੀ ਦੇ ਘੋਲ ਕੇ ਜਿੱਤਿਆ ਠੀਕ ਹੈ ਜੀ ਵੱਡੇ ਘੋਲ ਕੇ ਛੱਡੇ ਤੇ ਰੁੰਮੀ ਛੱਡੇ ਵਧੀਆ ਉੱਡੇ ਦੋਵੇਂ ਸਾਈ ਸਹੀ ਹੈ ਜੀ ਬਹੁਤ ਵਧੀਆ ਜੀ ਇਹ ਜੋੜੇ ਬਾਈ ਨੇ ਮੇਲ ਦਿੱਤੇ ਨੇ ਤੇ ਇਹਨਾਂ ਦੇ ਬੱਚੇ ਆਉਂਦੇ ਸੀਜ਼ਨ ਦੇ ਵਿੱਚ ਕੱਢਣਗੇ ਰਿਜ਼ਲਟ ਦੇਣਗੇ ਜੋੜੀਆਂ ਕਾਫੀ ਲਾਈਆਂ ਨੇ ਬਾਈ ਉਹਨਾਂ ਨੇ ਸਾਰੀਆਂ ਤੁਹਾਨੂੰ ਦਿਖਾਉਂਦੇ ਹਾਂ ਜੀ ਨਾਲੋਂ ਨਾਲ ਇਹਨਾਂ ਬਾਰੇ ਜਾਣਕਾਰੀ ਵੀ ਦੇ ਰਹੇ ਹਾਂ ਆਪਾਂ ਤੁਹਾਨੂੰ ਆਹ ਲਓ ਜੀ ਇਹ ਲਾਲ ਚੀਨਾ ਕਬੂਤਰ ਹੈ ਜੀ ਇਹ ਕਬੂਤਰ ਆ ਜਿੰਨਾ ਬਾਈ ਲਾਲ ਚੀਨਾ ਕਬੂਤਰ ਆ ਤੇ ਲਾਲ ਸਰੀ ਕਬੂਤਰੀ ਹੈ ਸਿਰ ਤੇ ਛੋਟਾ ਕੱਚੀਆਂ ਪੀਲੀਆਂ ਅੱਖਾਂ ਕਬੂਤਰੀ ਦੀਆਂ ਤੇ ਕਬੂਤਰ ਜਿਹੜਾ ਹੈਗਾ ਲਾਲ ਚੀਨਾ ਕਾਫੀ ਸਰੀਰ ਤੋਂ ਹੈਗਾ ਜੀ ਕਬੂਤਰ ਵੀ ਕੱਚੀਆਂ ਪੀਲੀਆਂ ਦਾ ਹੀ ਹੈ ਜੀ ਲਗਭਗ ਇਹ ਬਾਈ ਉਹਨਾਂ ਨੇ ਬਣਾਏ ਹੋਏ ਨੇ ਜੋੜੇ ਛੱਡ ਦਿੱਤੇ ਨੇ ਹੁਣ ਇਹਨਾਂ ਕਬੂਤਰਾਂ ਦੇ ਜਿਹੜੇ ਜੋੜੇ ਇਹਨਾਂ ਦੇ ਬੱਚੇ ਬਾਜੀਆਂ ਦੇ ਵਿੱਚ ਆਉਂਦੇ ਸੀਜ਼ਨ ਦੇ ਵਿੱਚ ਉੱਡਣਗੇ ਜੀ ਇਹ ਉਸਤਾਦ ਬਾਈ ਤਾਰਾ ਲੰਗਿਆਣਾ ਸਨੇਰ ਪਿੰਡ ਤੋਂ ਤੁਹਾਨੂੰ ਸ਼ੌਂਕ ਕਰਾ ਰਹੇ ਹਾਂ ਅਤੇ ਸ਼ੌਂਕ ਕਿੱਦਾਂ ਦਾ ਲੱਗਾ ਇਹ ਵੀ ਦੱਸਣਾ ਜ਼ਰੂਰ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਜੀ ਐ ਲਓ ਜੀ ਸ਼ਾਹ ਅੱਖਾ ਕਬੂਤਰ ਆ ਅਤੇ ਲਾਲ ਰੱਤੀ ਕਬੂਤਰੀ ਆ ਚਿੱਟੇ ਢਿੱਡ ਦੀ ਬਾਈ ਜੀ ਇਹ ਕਿਹੜੇ ਕਬੂਤਰ ਨੇ ਇਹ ਵੀ 3 ਵਾਜੀਆਂ ਛੱਡਿਆ ਜੀ ਮੀਰਾਬ ਕਬੂਤਰ ਕਬੂਤਰੀ ਰੋਕੀ ਹੋਈ ਘਰ ਦੀ ਪੱਠੀ ਆ ਲਾਲ ਰੱਤੀ ਪੀਲੀਆਂ ਅੱਖਾਂ ਦੀ ਕਬੂਤਰੀ ਆ ਜੀ ਤੇ ਨਾਲ ਸ਼ਾਹ ਅੱਖਾ ਕਬੂਤਰ ਛੱਡਿਆ ਆ ਜੀ ਕਰੋ ਸ਼ੌਂਕ ਮੇਰੇ ਵੀਰ
ਉੱਧਰ ਤਾਂ ਬਾਈ ਦੁਨੀਆ ਤੋਂ ਪਰੇ ਪਏ ਆ ਅਤੇ ਆਪਣੀ ਕੋਸ਼ਿਸ਼ ਰਹਿੰਦੀ ਆ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਈਏ ਨਸਲਾਂ ਦੱਸੀਏ ਕੀ ਰਿਜ਼ਲਟ ਇਹਨਾਂ ਕਬੂਤਰਾਂ ਦਾ ਜੀ ਇੱਕ ਜੋੜੇ ਨੀਚੇ ਵੀ ਆ ਜੀ ਇਹਦਾ ਵੀ ਕਰ ਲਓ ਸ਼ੌਂਕ ਲਾਲ ਚੀਨੀ ਕਬੂਤਰੀ ਆ ਅਤੇ ਇਹਦੇ ਵਿੱਚ ਲਾਲ ਸਰਾ ਕਬੂਤਰ ਆ ਚਿੱਟੀਆਂ ਅੱਖਾਂ ਦੀ ਕਬੂਤਰੀ ਅਤੇ ਚਿੱਟੀਆਂ ਦਾ ਕਬੂਤਰ ਬਾਈ ਇਹ ਕਿਹੜੀਆਂ ਨਸਲਾਂ ਆ ਇਹਦਾ ਕਬੂਤਰ ਹੀ ਤਾਂ ਹਜ਼ਾਰਾਂ ਨਾਲ ਮੈਂ ਸਭ ਨੂੰ ਵਾਲਿਆਂ ਦੀ ਠੀਕ ਆ ਅਤੇ ਕਬੂਤਰੀ ਮੇਰੀ ਅਮਲੀ ਕਬੂਤਰ ਦੀ ਧੀ ਹੈ ਜੀ ਅਮਲੀ ਕਬੂਤਰ ਮੇਰਾ ਹੋਇਆ ਠੀਕ ਆ ਠੀਕ ਆ ਜੀ ਕੁਚਨੇਰਾ ਦੀ ਨਿਸ਼ਾਨੀ ਸਾਡੇ ਕੋਲ ਸਹੀ ਹੈ ਜੀ ਸਾਡੇ ਭਰਾ ਦੀ ਮੌਤ ਹੋਈ ਉਹਦੇ ਕਬੂਤਰ ਦੀ ਧੀ ਹੈ ਬਹੁਤ ਵਧੀਆ ਵਜੂਦ ਬੱਚੇ ਉੜਦੇ ਜੀ ਵਜੂਦ ਬਹੁਤ ਸੋਹਣਾ ਕਬੂਤਰੀ ਦਾ ਜੀ ਉਹਨਾਂ ਦੇ ਬੱਚੇ ਉੜਦੇ ਬਹੁਤ ਹੀ ਵਧੀਆ ਚਿੱਟੀਆਂ ਅੱਖਾਂ ਕਬੂਤਰੀ ਦੀਆਂ ਚਿੱਟੀਆਂ ਦਾ ਨਰ ਕਬੂਤਰੀ ਦਾ ਵਜੂਦ ਬਹੁਤ ਵਧੀਆ ਪਤਲੀ ਬਿਲਕੁਲ ਐਨ ਖੜੀ ਹੁੰਦੀ ਆ ਪੂਰੀ ਲਓ ਜੀ ਦੋ ਜੋੜੇ ਹੋਰ ਇੱਧਰ ਵੀ ਛੱਡੇ ਨੇ ਬਾਈ ਨੇ ਇੱਕ ਲਓ ਜੀ ਇਹਦਾ ਵੀ ਕਰੋ ਸ਼ੌਂਕ ਇਹ ਸ਼ਾਹ ਅੱਖਿਆਂ ਦੀ ਇੱਕ ਜੋੜੀ ਹੈ ਜੀ ਪੂਰੀ ਵਧੀਆ ਜੋੜੀ ਹੈ ਜੀ ਇਹਦੀ ਬਾਈ ਦੀ ਸ਼ਾਹ ਅੱਖਿਆਂ ਦੀ ਜ਼ਿਆਦਾ ਅਮੀਰ ਆਪ ਕਬੂਤਰ ਨੇ ਬਾਈ ਦੇ ਕੋਲ ਜਾਂ ਕਾਕੇ ਵਾਲੇ ਇਹਨਾਂ ਕਬੂਤਰਾਂ ਦੇ ਨਾਲ ਹੀ ਬਾਈ ਹੁਣੀ ਜਿਹੜੀਆਂ ਬਾਜ਼ੀਆਂ ਛੱਡਦੇ ਨੇ ਜੀ ਇਹਦੇ 'ਚ ਵੀ ਜੋੜੀ ਲਾਈ ਹੈ ਜੀ ਲਓ ਜੀ ਦੋ ਜੋੜੀਆਂ ਆਹ ਲਾਤੀਆਂ ਬਾਈ ਨੇ ਇਹ ਛੱਡ ਦਿੱਤੀਆਂ ਨੇ ਪੱਕੀਆਂ ਕਰਕੇ ਜੀ ਜੋੜੀਆਂ ਲਾਉਣ ਤੋਂ ਬਾਅਦ ਜਿਹੜਾ ਬਾਈ ਉਹਨਾਂ ਨੇ ਖਾਣੇ ਦੇ ਵਿੱਚ ਦੇਖੋ ਜੀ ਰੇਤਾ ਪਾਇਆ ਸੁੱਕਾ ਸੁੱਕਾ ਰੇਤਾ ਪਾਉਣ ਤੋਂ ਬਾਅਦ ਨਾਲ ਹੀ ਛੋਟੇ ਛੋਟੇ ਮਟਕੇ ਰੱਖ ਦਿੱਤੇ ਨੇ ਜੀ ਪਾਣੀ ਵਾਸਤੇ ਵੀ ਜੇਕਰ ਖੁੱਡਾ ਨਾ ਵੀ ਖੁੱਲ੍ਹੇ ਪੂਰਾ ਦਿਨ ਬਾਜੀ 'ਤੇ ਵੀ ਬਾਈ ਹੁਣੀ ਰਹਿਣਗੇ ਤਾਂ ਇਹਨਾਂ ਨੂੰ ਜਿਹੜਾ ਹੈਗਾ ਆ ਦਾਣੇ ਖਾਣ ਪੀਣ ਦਾ ਜਿਹੜਾ ਕੋਈ ਵੀ ਪ੍ਰੋਬਲਮ ਨਾ ਹੋਵੇ ਟਰੇਆਂ ਪੱਕੀਆਂ ਵਿੱਚ ਰੱਖ ਦਿੱਤੀਆਂ ਜੀ ਇਕੱਲੇ ਇਕੱਲੇ ਖੁੱਡੇ ਦੇ ਵਿੱਚ ਜਿਹੜਾ ਹੈਗਾ ਪੂਰਾ ਸਿਸਟਮ ਕੀਤਾ ਬਾਈ ਹੁਣਾਂ ਨੇ ਕੁੰਡੇ ਵੀ ਵਿੱਚ ਰੱਖੇ ਨੇ ਜੀ ਜਿਹਦੇ ਵਿੱਚ ਆਂਡੇ ਦੇਣਗੇ ਇਹ ਹੈ ਜੀ ਬਾਈ ਦਾ ਸ਼ੌਂਕ ਕਬੂਤਰਾਂ ਨਾਲ ਖੁੱਡੇ ਭਰੇ ਪਏ ਸੀ ਜਿਹੜੇ ਬਾਜ਼ੀਆਂ ਛੱਡ ਛੱਡ ਕੇ ਲਗਭਗ ਖਤਮ ਹੋ ਗਏ ਆ ਜੀ ਹੁਣ ਕੋਈ ਦੋ ਚਾਰ ਹੀ ਰਹਿ ਗਏ ਹੋਣਗੇ ਆ ਲਓ ਜੀ ਚਾਰ ਹੀ ਰਹਿ ਗਏ ਨੇ ਜੀ ਇਹ ਖੁੱਡੇ ਦੇ ਵਿੱਚ ਜਦੋਂ ਆਪਾਂ ਪਹਿਲਾਂ ਆਏ ਸੀ ਤਾਂ ਖੁੱਡਾ ਭਰਿਆ ਪਿਆ ਸੀ ਜੀ ਐ ਨੇ ਜੀ ਚਾਰ ਪੰਛੀ ਇਸ ਖੁੱਡੇ ਦੇ ਵਿੱਚ ਉਰਲੀ ਕਿੱਥੇ ਜਿੱਤੀ ਝਤਰੇ ਪਿੰਡ ਜੇਤੂ ਕਬੂਤਰੀ ਹੈ ਲਾਲ ਚੀਨੀ ਲਾਲ ਬਗਲ ਲੱਗਦੀ ਹੈ ਜੀ ਕੀਤੀ ਹੋਈ ਬਹੁਤ ਹੀ ਵਧੀਆ ਜੀ ਲਓ ਜੀ ਆਹੀ ਕਬੂਤਰ ਬਚੇ ਨੇ ਬਾਈ ਹੁਣਾਂ ਦੇ ਕੋਲ ਬਾਕੀ ਸ਼ੌਂਕ ਕਿੱਦਾਂ ਦਾ ਲੱਗਾ ਜੀ ਦੱਸਣਾ ਜ਼ਰੂਰ ਇਹ ਹੈ ਜੀ ਇੱਕ ਖੁੱਡਾ ਇਹਦੇ ਵਿੱਚ ਵੀ ਥੋੜ੍ਹੇ ਹੀ ਬਚੇ ਨੇ ਜੀ ਐ ਲਓ ਜੀ ਕਰੋ ਸ਼ੌਂਕ ਮੇਰੇ ਵੀਰ ਇਹ ਛੱਡਣੇ ਆ ਜਿਹੜੇ ਹੁਣ ਬਾਜੀ ਉਹ ਹੈ ਜੀ ਇੱਕ ਉੱਧਰ ਛੱਡਿਆ ਦੋ ਬੈਲੀਆਂ ਨਾ ਮਗਰ ਬੈਠਾ ਜਿੱਤਿਆ ਠੀਕ ਹੈ ਚਿੱਟਾ ਸ਼ਾਹ ਅੱਖਾ ਸ਼ਾਹ ਖਟੀਰਾ ਠੀਕ ਆ ਜੀ ਤੇ ਦੂਜੇ ਨਵੇਂ ਆ ਸਾਰੇ ਇਹ ਕਬੂਤਰ ਛੱਡਿਆ ਜੀ ਦੋ ਬਾਜੀਆਂ ਖਟੀਰਾ ਇਹ ਤਾਂ ਮੰਗਣਾ ਲੋ ਪੱਖਾ ਯਾਰ ਕੀ ਅੱਧਾ ਘੰਟਾ ਵੱਧ ਉੱਡਿਆ ਉਤਰਾਉਣਾ ਨੂੰ ਠੀਕ ਆ ਜੀ ਆ ਚੀਨਾ ਛੱਡਿਆ ਜੀ ਇਹ ਤਾਂ ਹਰ ਗਿਆ ਉੱਧਰ ਪੈਣਾ ਆ ਜਿਹੜਾ ਇਹ ਭੱਜ ਗਿਆ ਸੀਗਾ ਅੱਛਾ ਅੱਛਾ ਨਹੀਂ ਰੀਜ ਭੱਜ ਗਿਆ ਸੀ ਫਿਰ ਆ ਗਿਆ ਨਹੀਂ ਉੱਥੇ ਹੀ ਰਹਿ ਗਿਆ ਫਿਰ ਉੱਥੋਂ ਫਿਰ ਲੈ ਜਾਂਦਾ ਭੱਜ ਲਾਗਲੇ ਪਿੰਡ ਕਿਸੇ ਚਲਾ ਗਿਆ ਤਾਂ ਕਰ ਗਿਆ ਸਹੀ ਹੈ ਜੀ ਬਹੁਤ ਵਧੀਆ ਬਾਈ ਹੋਣਾ ਦਾ ਸ਼ੌਂਕ ਜੀ ਅਤੇ ਨਵਾਂ ਸ਼ੌਂਕ ਜਿਹੜਾ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਸ਼ੌਂਕ ਕਿੱਦਾਂ ਦਾ ਲੱਗਾ ਦੱਸਣਾ ਜ਼ਰੂਰ ਨਵੀਂ ਵੀਡੀਓ ਆਉਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ